ਸਿਆਰਥੀਓ ਤੁਹਾਡਾ ਸਾਰਿਆਂ ਦਾ ਜੁ YouTube ਚੈਨਲ ਉੱਪਰ ਸਵਾਗਤ ਹੈ ਅੱਜ ਅਸੀਂ ਕਰਾਂਗੇ ਪੰਜਾਬੀ ਦਾ ਲੇਖ ਜਿਸ ਦਾ ਨਾਮ ਹੈ ਰビन्द्रनाथ ਟੈਗੋਰ ਸ਼ੁਰੂ ਕਰਦੇ ਹਾਂ ਸਾਡੇ ਦੇਸ਼ ਦੇ ਰਾਸ਼ਟਰੀ ਗੀਤ ਜਨ ਗਨ ਮਨ ਦੇ ਲੇਖਕ ਅਤੇ ਪ੍ਰਸਿੱਧ ਨੋਬਲ ਪੁਰਸਕਾਰ ਜੇਤੂ ਕਵੀ ਰビन्द्रनाथ ਟੈਗੋਰ ਦਾ ਨਾਮ ਕੌਣ ਨਹੀਂ ਜਾਣਦਾ ਉਹਨਾਂ ਦੀ ਲਿਖਤਾਂ ਸਾਰੇ ਦੇਸ਼ ਵਾਸੀ ਬੜੀ ਦਿਲਚਸਪੀ ਨਾਲ ਪੜ੍ਹਦੇ ਹਨ ਇਹ ਉਹ ਅਨਕੀਲੇ 파ਰਤੀ ਸਨ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦੇ ਸਾਕੇ ਦੇ ਰੋਸ ਵਿੱਚੋਂ ਅੰਗਰੇਜ਼ਾਂ ਵੱਲੋਂ ਦਿੱਤਾ ਸਰ ਦਾ ਕਿਤਾਬ ਵਾਪਿਸ ਕਰ ਦਿੱਤਾ ਸੀ ਟੱਗੋਰ ਦਾ ਜਨਮ 7 ਮਈ 1861 ਈਸਵੀ ਨੂੰ ਕਲਕੱਤਾ ਦੇ ਇੱਕ ਅਮੀਰ ਪਰਿਵਾਰ ਵਿੱਚ ਹੋਇਆ ਉਹਨਾਂ ਨੂੰ ਕਰ ਵਿੱਚ ਹੀ ਸਾਹਿਤਿਕ ਅਤੇ ਕਲਾਮਈ ਵਾਤਾਵਰਣ ਪ੍ਰਾਪਤ ਹੋਇਆ ਉਹ ਆਜ਼ਾਦ ਸੁਭਾਅ ਵਾਲੇ ਬੱਚੇ ਸਨ ਇਸ ਲਈ ਖੁੱਲ੍ਹੀਆਂ ਤੇ ਕੁਦਰਤੀ ਦ੍ਰਿਸ਼ਾਂ ਵਾਲੀਆਂ ਥਾਵਾਂ ਸੰਧ ਕਰਦੇ ਸਨ ਉਹਨਾਂ ਆਪਣੇ ਜੀਵਨ ਵਿੱਚ ਮਨਮੋਨੇ ਪ੍ਰਕਿਰਤਿਕ ਸਥਾਨਾਂ ਦੀ ਯਾਤਰਾ ਕੀਤੀ ਉਹ ਅੰਮ੍ਰਿਤਸਰ ਵੀ ਆਏ ਅਤੇ ਹਰਮੰਦਰ ਸਾਹਿਬ ਦੇ ਵਾਤਾਵਰਣ ਤੋਂ ਬਹੁਤ ਪ੍ਰਭਾਵਿਤ ਹੋਏ ਉਹਨਾਂ ਨੇ ਮੁੱਢਲੀ ਵਿੱਦਿਆ ਵਧੇਰੇ ਕਰਕੇ ਕਾਰਵਿਚੀ ਅਧਿਆਪਕਾ ਰਾਹੀਂ ਪ੍ਰਾਪਤ ਕੀਤੀ 17 ਸਾਲ ਦੀ ਉਮਰ ਵਿੱਚ ਉਹ ਉਚੇਰੀ ਵਿੱਦਿਆ ਲਈ ਇੰਗਲੈਂਡ ਗਏ ਉਹਨਾਂ ਦਾ ਵਧੇਰੇ ਚੁਕਾਅ ਸਾਹਿਤ ਅਤੇ ਕਲਾਵਾਲ ਸੀ ਜਿਸ ਕਰਕੇ ਉਹਨਾਂ ਨੇ ਆਪਣੇ ਇਹ ਪੜਾਈ ਵਿੱਚ ਹੀ ਸ਼ੁਰੂ ਕਰ ਦਿੱਤੀ। ਟਕੋਰ ਨੇ ਛੋਟੀ ਉਮਰ ਵਿੱਚ ਹੀ ਸਾਹਿਤ ਰਚਨਾ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਆਪਣੀ ਮਾਂ ਬੋਲੀ ਬੰਗਲਾ ਵਿੱਚ ਸਾਹਿਤ ਦੇ ਰੂਪ ਕਵਿਤਾ, ਨਾਵਲ, ਨਾਟਕ, ਇਕਾਂਗੀ, ਕਹਾਣੀ ਅਤੇ નિબંધ ਵਿੱਚ ਰਚਨਾ ਕੀਤੀ। ਪਰ ਉਹਨਾਂ ਨੂੰ ਵਧੇਰੇ ਪ੍ਰਸਿੱਧੀ ਕਵੀ ਦੇ ਤੌਰ ਤੇ ਮਿਲੀ। ਉਹਨਾਂ ਦੇ ਕਾਵ ਸੰਗ੍ਰਹਿ ਗੀਤਾਂਜਲੀ ਨੂੰ 1913 ਈਸਵੀ ਵਿੱਚ ਸੰਸਾਰ ਪ੍ਰਸਿੱਧ ਨੋਬਲ ਪੁਰਸਕਾਰ ਮਿਲਿਆ। ਇਸ ਨਾਲ ਉਹਨਾਂ ਦਾ ਨਾਮ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋਇਆ ਅਤੇ ਪਾਰਿਤ ਮਾਨ ਦਾ ਸਿਰ ਵੀ ਉੱਚਾ ਹੋਇਆ। ਉਹਨਾਂ ਦੇ ਗੀਤ ਬਹੁਤ ਹਰਮਨ ਪਿਆਰੇ ਹੋਏ। ਉਹਨਾਂ ਨੇ ਬੱਚਿਆਂ ਲਈ ਵੀ ਸਾਹਿਤ ਰਚਨਾ ਕੀਤੀ। ਉਹਨਾਂ ਦੀਆਂ ਕੁਝ ਕਹਾਣੀਆਂ ਅਤੇ ਕਵਿਤਾਵਾਂ ਵਿਦਿਆਰਥੀ ਆਪਣੀ ਪਾਠ ਪੁਸਤਕ ਵਿੱਚ ਪੜ੍ਹਦੇ ਹਨ। ਉਹਨਾਂ ਦੀ ਜਗ ਪ੍ਰਸਿੱਧੀ ਕਹਾਣੀ ਕਾਬਲੀ ਵਾਲਾ ਉੱਪਰ ਫਿਲਮ ਵੀ ਬਣ ਚੁੱਕੀ ਹੈ। ਤੇ ਬੱਚਿਓ ਮੈਨੂੰ ਆਸ ਹੈ ਕਿ ਤੁਸੀਂ ਵੀ ਆਪਣੇ ਬੁੱਕਸ ਦੇ ਵਿੱਚ ਕਾਬਲੀ ਵਾਲਾ ਜਿਹੜਾ ਚੈਪਟਰ ਆ ਸਟੋਰੀ ਆ ਉਹ ਜ਼ਰੂਰ ਪੜ੍ਹੀ ਹੋਏਗੀ। ਉਹਨਾਂ ਨੇ ਕਈ ਦਰਜਨ ਗ੍ਰੰਥਾਂ ਦੀ ਰਚਨਾ ਕੀਤੀ। ਉਹਨਾਂ ਦੀਆਂ ਮੁੱਖ ਰਚਨਾਵਾਂ ਹਨ ਗੀਤਾਂਜਲੀ ਜਿਹੜਾ ਕਿ ਕਾਵ ਸੰਗ੍ਰਹਿ ਹੈ, ਗੋਰਾ ਇਹ ਨਾਵਲ ਦਾ ਨਾਮ ਹੈ, ਡਾਰਕਰ ਇਹ ਨਾਟਕ ਦਾ ਨਾਮ ਹੈ। ਆਦ ਟੈਗੋਰ ਦੀ ਸਾਹਿਤ ਤੋਂ ਬਿਨਾਂ ਹੋਰ ਕਲਾਵਾਂ ਵਿੱਚ ਵੀ ਰੁਚੀ ਸੀ। ਉਹਨਾਂ ਦੇ ਬਣਾਏ ਚਿੱਤਰ ਚਿੱਤਰਕਲਾ ਦੇ ਖੇਤਰ ਵਿੱਚ ਖਾਸ ਥਾਂ ਰੱਖਦੇ ਹਨ। ਸੰਗੀਤ ਵਿੱਚ ਉਹਨਾਂ ਦੀਆਂ ਬਨਾਈਆਂ ਤੁਨਾ ਰਵਿੰਦਰ ਸੰਗੀਤ ਵਜੋਂ ਪ੍ਰਸਿੱਧ ਹਨ ਰਵਿੰਦਰਨਾਥ ਟੈਗੋਰ ਦੀ ਸਿੱਖਿਆ ਦੇ ਖੇਤਰ ਵਿੱਚ ਵੀ ਵਿਸ਼ੇਸ਼ ਥਾਂ ਹੈ ਬਚਪਨ ਤੋਂ ਹੀ ਆਪਣੇ ਸਮੇਂ ਦੀ ਸਕੂਲ ਸਿੱਖਿਆ ਦੇ ਢੰਗ ਤੋਂ ਸੰਤੁਸ਼ਟ ਨਹੀਂ ਸਨ ਸਿੱਖਿਆ ਬਾਰੇ ਉਹਨਾਂ ਦੇ ਮਨ ਵਿੱਚ ਜਿਹੜਾ ਸੁਪਨਾ ਬਣਿਆ ਹੋਇਆ ਸੀ ਉਹ ਉਹਨਾਂ ਨੇ 1921 ਈਸਵੀ ਵਿੱਚ ਸ਼ਾਂਤੀ ਨਿਕੇਤਨ ਨਾਂ ਦਾ ਸਕੂਲ ਸਥਾਪਿਤ ਕਰਕੇ ਪੂਰਾ ਕੀਤਾ ਇਸੇ ਕੋਲ ਵਿਧੀਆਂ ਖਾਸ ਗੱਲਾਂ ਵਿੱਚੋਂ ਮਾਂ ਬੋਲੀ ਵਿੱਚ ਪੜ੍ਹਾਈ ਪਾਠਕ੍ਰਮ ਵਿੱਚ ਵੱਖ-ਵੱਖ ਕਲਾਵਾਂ ਨੂੰ ਵਿਸ਼ੇਸ਼ ਥਾਂ ਅਤੇ ਕੁਦਰਤੀ ਸੋਚ ਵਿੱਚ ਜੁੜਾ ਸ਼ਾਮਿਲ ਸਨ। ਅੱਜਕਲ ਸ਼ਾਂਤੀਨ ਕੇਤਨ ਵਿੱਚ ਵੀ ਦੱਲਿਆ ਹੈ। ਟੈਗੋਰ ਦੇ ਹਿਰਦੇ ਵਿੱਚ ਆਪਣੀ ਮਾਂ ਬੋਲੀ ਲਈ ਬੜਾ ਪਿਆਰ ਸੀ। ਉਹ ਹੋਰ ਪ੍ਰਾਂਤਾਂ ਦੇ ਲੇਖਕ ਨਹੀਂ। ਆਪਣੋ ਆਪਣੀ ਮਾਂ ਬੋਲੀ ਵਿੱਚ ਲਿਖਣ ਲਈ ਪ੍ਰੇਰਦੇ ਸਨ। ਪ੍ਰਸਿੱਧ ਬਨੇਤਾ ਤੇ ਲੇਖਕ ਬਲਰਾਸਾਨੀ ਅਤੇ ਨਾਟਕਕਾਰ ਬਲਵੰਤ ਗਾਰਗੀ ਨੂੰ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਲਿਖਣ ਲਈ ਉਹਨਾਂ ਨੇ ਉਤਸ਼ਾਹਿਤ ਕੀਤਾ। ਉਹਨਾਂ ਦਾ ਪੱਕਾ ਵਿਸ਼ਵਾਸ ਸੀ ਕਿ ਮਾਂ ਬੋਲੀ ਵਿੱਚ ਦਿੱਤੀ ਸਿੱਖਿਆ ਹੀ ਸਬਤਵਦ ਅਸਰਦਾਰ ਹੁੰਦੀ ਹੈ। ਉਹਨਾਂ ਦੀ ਮਹਾਨਤਾ ਅੱਗੇ ਅੰਗਰੇਜ਼ ਕਾਲ ਵੀ ਸਿਰ ਚੁਕਾਉਂਦੀ ਸੀ। ਸਰਕਾਰ ਵੱਲੋਂ ਉਹਨਾਂ ਨੂੰ ਸਰਦਾਰ ਕਿਤਾਬ ਦਿੱਤਾ ਗਿਆ ਸੀ ਪਰ ਉਹਨਾਂ ਲਈ ਕੋਈ ਵੀ ਸਨਮਾਨ ਆਪਣੇ ਪਿਆਰੇ ਭਾਸ਼ਾ ਦੀ ਅਨੁੱਖ ਕਾਇਮ ਰੱਖਣ ਨਾਲੋਂ ਵੱਡਾ ਨਹੀਂ ਸੀ। ਜਦੋਂ 13 April 1919 ਦੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਜਲਿਆਂਵਾਲੇ ਬਾਗ ਵਿੱਚ ਅੰਗਰੇਜ਼ਾਂ ਵੱਲੋਂ ਨੇ ਹੱਥੇ ਪਾਟੀਆਂ ਉਤੇ ਗੋਲੀ ਚਲਾਈ ਗਈ ਤਾਂ ਇਸ ਖੂਨੀ ਸਾਕੇ ਨੂੰ ਸੁਣ ਕੇ ਉਹਨਾਂ ਦੀ ਰੂਹ ਕੰਬ ਉੱਠੀ ਉਹਨਾਂ ਨੂੰ ਅਜੇ ਹੀ ਚਾਲਮ ਸਰਕਾਰ ਵੱਲੋਂ ਦਿੱਤਾ ਸਰ ਦਾ ਸਨਮਾਨ ਇੱਕ ਬੋਧ ਜਾਪਣ ਲੱਗ ਪਿਆ ਇਸ ਲਈ ਉਹਨਾਂ ਨੇ ਇਹ ਕਿਤਾਬ ਰੋਜ਼ ਵਜੋਂ ਵਾਪਸ ਕਰ ਦਿੱਤਾ ਰਵਿੰਦਰਨਾਥ ਟੈਗੋਰ ਨੇ ਕਦੀ ਵੀ ਸਰਗਰਮ ਨਾਲ ਜਿੱਤੀ ਵਿੱਚ ਭਾਗ ਨਹੀਂ ਲਿਆ ਪਰ 파ਰਤ ਦੇ ਮਹਾਨ ਨੇਤਾ ਉਹਨਾਂ ਦਾ ਬਹੁਤ ਸਨਮਾਨ ਕਰਦੇ ਸਨ ਮਹਾਤਮਾ ਗਾਂਧੀ ਜੀ ਤਾਂ ਉਹਨਾਂ ਨੂੰ ਸਤਕਾਰ ਨਾਲ ਗੁਰੂਦੇਵ ਕਹਿੰਦੇ ਸਨ ਰਵਿੰਦਰਨਾਥ ਟੈਗੋਰ ਦਾ ਸੰਨ 1941 ਵਿੱਚ ਦੇਹਾਂਤ ਹੋਇਆ ਸਮੁੱਚੇ ਤੌਰ ਤੇ ਟੈਗੋਰ ਇੱਕ ਮਹਾਨ ਸਾਹਿਤਕਾਰ ਸਨ ਉਹਨਾਂ ਨੇ ਆਪਣੀ ਬਹੁਤੀ ਰਚਨਾ ਆਪਣੀ ਮਾਂ ਬੋਲੀ ਬੰਗਲਾ ਵਿੱਚ ਕੀਤੀ ਉਹਨਾਂ ਦੀਆਂ ਰਚਨਾਵਾਂ ਉਚੇਰੀਆਂ ਮਾਨਵਿਕ ਕਦਰਾਂ-ਕੀਮਤਾਂ ਸੰਸਾਰ ਸਾਹਿਤ ਦਾ ਮਹੱਤਵਪੂਰਨ ਅੰਗ ਬਣ ਗਈਆਂ ਹਨ। ਉਹਨਾਂ ਨੇ ਮਨੁੱਖ ਨੂੰ ਜਾਤ-ਪਾਤ, ਰੰਗ, ਨਸਲ ਆਦਿ ਵਿਤਕ੍ਰਿਆ ਤੋਂ ਉੱਚਾ ਉੱਠਣ ਦੀ ਪ੍ਰੇਰਣਾ ਦਿੱਤੀ। ਉਹਨਾਂ ਦੀਆਂ ਰਚਨਾਵਾਂ ਵਿੱਚ ਆਜ਼ਾਦੀ ਲਈ ਲੜਦੇ ਭਾਰਤੀਆਂ ਦੀਆਂ ਭਾਵਨਾਵਾਂ, ਕੌਮੀ ਏਕਤਾ ਵਿਤੇ ਵਿਸ਼ਵਾਸ, ਏਕਤਾ ਦੇ ਪਾਵ ਇੱਕਸੁਰ ਹੋਏ ਹਨ। ਉਹ ਇੰਨੇ ਮਹਾਨ ਹਰਮਨ ਪਿਆਰੇ ਸਾਹਿਦਕਾਰ ਸਨ ਕਿ ਉਹਨਾਂ ਦੀ ਖੁੱਲੀ ਦਾੜੀ ਵਾਲੀ ਤਸਵੀਰ ਲਗਭਗ ਹਲਪਾਰਟੀ ਕਾਲ ਵਿੱਚ ਮਿਲ ਜਾਂਦੀ ਹੈ ਤੇ ਬੱਚਿਓ ਇਹ ਸੀ ਸਾਡਾ ਲੇਖ ਰਵਿੰਦਰ ਨਾਟਵਾਲ ਜੀ ਇਸ ਲੇਖ ਦੇ ਵਿੱਚ ਅਸੀਂ ਉਹਨਾਂ ਦੇ ਜੀਵਨ ਦੇ ਬਾਰੇ ਵਿੱਚ ਪੜਿਆ ਵਾ ਉਹਨਾਂ ਦੀ ਪ੍ਰਸਿੱਧ ਰਚਨਾਵਾਂ ਜਿਸ ਰੰਗ ਤਾਂਜਲੀ ਸੀਗੀ ਹੈ ਨਾ ਕਾਲ ਸੰਗ੍ਰਹਿ ਉਹਦੇ ਬਾਰੇ ਪੜਿਆ ਹੈ ਠੀਕ ਹੈ ਆਸ ਕਰਦੀਆਂ ਕਿ ਇਹ ਲੇਖ ਤੁਹਾਨੂੰ ਇਸ ਲੇਖ ਤੋਂ ਤੁਸੀਂ ਜ਼ਰੂਰ ਕੁਝ ਸਿੱਖਿਆ ਆਏਗਾ ਅਗਰ ਵੀਡੀਓ ਵਧੀਆ ਲੱਗੀ ਹੋਏ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ